ਅਸਲਾਮ ਵਾਲੇਕੁਮ ਦੋਸਤੋ, ਆ ਪਹਿਲਾ ਪਾਰਟ ਤੁਸੀਂ ਦੇਖ ਲਿਆ ਹੋਣਾ ਹੈ, ਇਹ ਓਵਰਹਾਲਿੰਗ ਦਾ ਹੈ। ਆ ਜਿਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਡੈਮੋ ਦਿਖਾਇਆ ਹੈ। ਇਹ ਨੈਕਸਟ ਪਾਰਟ ਦੇ ਵਿੱਚ ਜਿਹੜਾ ਅਗਲਾ ਕੰਮ ਹੈ ਤੁਹਾਨੂੰ ਉਹ ਦਿਖਾਉਂਗੇ ਜੀ। ਆ ਦੇਖੋ ਜੀ, ਅਸੀਂ ਫਸਟ ਪਾਰਟ ਕੰਪਲੀਟ ਕਰਕੇ ਨੈਕਸਟ ਪਾਰਟ ਬਣਾਇਆ ਹੈ, ਉਹਦੇ ਵਿੱਚ ਤੁਹਾਨੂੰ ਕੰਪਲੀਟ ਜਿਹੜਾ ਪ੍ਰੋਪਰ ਇਨਫੋਰਮੇਸ਼ਨ ਹੈ ਉਹ ਦਊਂਗੇ ਜੀ। ਇਹ ਭੜਕਣ ਦਾ ਇੰਜਣ ਹੈ, ਸਾਡੇ ਚੈਨਲ ਉੱਪਰ ਵਿਜ਼ਿਟ ਕਰੋ, ਪੂਰੀ ਤੁਹਾਨੂੰ ਵੀਡੀਓ ਮਿਲੂਗੀ ਕੰਪਲੀਟ ਓਵਰਹਾਲਿੰਗ ਦੀ। ਹੋਰ ਵੀ ਇਨਫੋਰਮੇਸ਼ਨ ਸਾਡੇ ਚੈਨਲ ਦੇ ਉੱਤੇ ਹੈ ਨੇ, ਤੁਸੀਂ ਉਹ ਵੀ ਲੈ ਸਕਦੇ ਹੋ। ਪੜਕਨ, ਕਲਾਸਕਰ, ਕਾਮਰਸ, ਹੋਰ ਵੀ ਇਸ ਤੋਂ ਇਲਾਵਾ ਇੰਜਨ ਵੀ ਪੰਪਾਂ ਦੀ ਇਨਫੋਰਮੇਸ਼ਨ ਸਾਡੇ ਚੈਨਲ 'ਤੇ ਅਵੇਲੇਬਲ ਨੇ, ਤੁਸੀਂ ਦੇਖ ਸਕਦੇ ਹੋ। ਦੋਸਤੋ, ਇਹ ਪਿਸਟਨ ਰਿੰਗ ਪੈ ਗਏ ਸੀ, ਇਹ ਕੰਪਲੀਟ ਹੋ ਗਿਆ ਸੀ ਇੱਥੇ ਤੀਕਰ। ਇਹਦਾ ਜਿਹੜਾ ਹੈ ਹੁਣ ਅਸੀਂ ਪੰਪ ਜਿਹੜਾ ਹੈ ਆਇਲ ਪੰਪ ਉਹ ਲਗਾਉਣਾ ਸੀ। ਉਸ ਤੋਂ ਅਗਲਾ ਪਾਰਟ ਉਹ ਸੀ ਆਇਲ ਪੰਪ, ਵਾਟਰ ਪੰਪ, ਟਾਈਮਿੰਗ, ਇਹ ਸਾਰੀ ਕੰਪਲੀਟ ਵੀਡੀਓ ਨੇ ਅੱਗੇ ਪਈ। ਆਹ ਦੇਖੋ ਜੀ, ਹੁਣ ਅਸੀਂ ਕਨੈਕਟਿੰਗ ਰਾਡ ਵਗੈਰਾ ਲੱਗ ਗਿਆ ਸੀ। ਅਸੀਂ ਜਿਹੜੀ ਬੈਕ ਸਾਈਡ 'ਤੇ ਰੀਅਰ ਸੀਲ ਜਿਹਨੂੰ ਕਹਿੰਦੇ ਨੇ, ਜੇ ਜਾਂ ਮੇਨ ਸੀਲ ਜਿਹਨੂੰ ਕਹਿੰਦੇ ਨੇ, ਉਹ ਹੀ ਇਹ ਪਲੇਟ ਹੈ। ਉਹ ਇਹ ਰੀਅਰ ਸੀਲ ਨੂੰ ਵੀ ਲੱਗਦੀ ਹੈ ਔਰ ਸੰਪ ਨੂੰ ਵੀ, ਦੋਵਾਂ ਨੂੰ ਕਵਰ ਕਰਦੀ ਹੈ। ਇਹਦੇ ਉੱਪਰ ਅੱਛੇ ਤਰੀਕੇ ਨਾਲ ਸਿਲੀਕੋਨ ਲਗਾ ਕੇ, ਤੁਸੀਂ ਆਹ ਦੇਖੋ ਜੀ, ਅੱਛੇ ਤਰੀਕੇ ਨਾਲ ਸਿਲੀਕੋਨ ਲਗਾ ਕੇ ਅਤੇ ਇਹਨੂੰ ਇੱਥੇ ਫਿੱਟ ਕਰਨਾ ਹੈ ਰੀਅਰ ਸੀਲ ਨਾਲ। ਆਹ ਦੇਖੋ ਜੀ, ਆਹ ਸਿਲੀਕੋਨ ਬਾਅਦ 'ਚੋਂ ਹੱਥ ਦੀ ਮਦਦ ਨਾਲ ਸਾਫ਼ ਕਰ ਲੈਣੀ ਹੈ ਤੁਸੀਂ ਆਪਣੇ ਹੱਥ ਦੇ ਨਾਲ, ਔਰ ਇਹਨੂੰ ਕਲੀਨ ਕਰ ਲੈਣਾ। ਆਹ ਦੇਖੋ, ਇਹ ਸਿਲੀਕੋਨ ਲੋਕ ਆਉਣ ਦਾ ਮਕਸਦ ਇਹ ਕਿ ਇੱਥੋਂ ਦੀ ਲੀਕੇਜ ਵਗੈਰਾ ਨਾ ਹੋਵੇ। ਇਹਦੇ ਵਿੱਚ ਦੋ ਐਲਨਗੀਆਂ ਨੇ 4 ਨੰਬਰ ਦੀਆਂ, ਇਹਨਾਂ ਨੂੰ ਐਲਨਗੀਆਂ ਨੂੰ ਟਾਈਟ ਕਰ ਦੇਣਾ ਹੈ। ਆਹ ਦੇਖੋ ਜੀ, ਇਹ ਅਸੀਂ ਐਲਨਗੀਆਂ ਲਗਾ ਕੇ ਐਲਨਗੀਆਂ ਟਾਈਟ ਕਰਤੀਆਂ ਹੈ। ਆਹ ਜਿਹੜਾ ਸੁਰਾਖ ਹੈ ਉਹਦੇ ਅੰਦਰ ਸਿਲੀਕੋਨ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਤੁਹਾਡਾ ਲੀਕੇਜ ਨਾ ਹੋਵੇ। ਆਇਲ ਪੰਪ ਹੈ, ਇਹ ਅਸੀਂ ਨਵਾਂ ਆਇਲ ਪੰਪ ਉੱਪਰ ਲਗਾ ਰਹੇ ਹਾਂ, ਕਿਉਂਕਿ ਕੰਪਲੀਟ ਦਿਖਾਉਣ ਦਾ ਮਤਲਬ ਇਹ ਹੈ ਕਿ ਵਿੱਚ ਅਸੀਂ ਵੀਡੀਓ ਸ਼ਾਰਟ ਕਰ ਰਹੇ ਹਾਂ ਤਾਂ ਕਿ ਵੀਡੀਓ ਲੈਂਥੀ ਨਾ ਹੋਵੇ। ਹਰ ਬੰਦੇ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਲੈਂਥੀ ਵੀਡੀਓ ਦੇਖੇ, ਇਸ ਦਾ ਕਰਕੇ ਅਸੀਂ ਸਕਿੱਪ ਕਰਕੇ ਵੀਡੀਓ ਬਣਾ ਰਹੇ ਹਾਂ। ਔਰ ਆਇਲ ਪੰਪ ਤੁਸੀਂ ਲਾ ਦੇਣਾ ਹੈ, ਇਹਦਾ ਜਿਹੜਾ ਗੇੜ ਹੈ ਆਇਲ ਪੰਪ ਦਾ ਉਹਨੂੰ ਜਿੱਥੇ ਮਰਜ਼ੀ ਰੱਖ ਦਿਓ, ਇਹ ਆਇਲ ਪੰਪ ਦੀ ਕੋਈ ਟਾਈਮਿੰਗ ਨਹੀਂ ਹੁੰਦੀ। ਆਹ ਦੇਖੋ ਜੀ, ਆਇਲ ਪੰਪ ਦੀ ਕੋਈ ਟਾਈਮਿੰਗ ਨਹੀਂ, ਅੱਜ ਸ਼ੋਅ ਕਰਤੀ ਹੈ, ਕੋਈ ਟਾਈਮਿੰਗ ਨਹੀਂ, ਜਿੱਥੇ ਮਰਜ਼ੀ ਰੱਖ ਕੇ ਤੁਸੀਂ ਆਇਲ ਪੰਪ ਲਾ ਸਕਦੇ ਹੋ। ਇਹ ਆਇਲ ਪੰਪ ਅਗਰ ਕਿਸੇ ਨੇ ਚੇਂਜ ਕਰਨਾ ਹੋਵੇ, ਆਇਲ ਪੰਪ ਦੀ ਵੀਡੀਓ ਵੀ ਹੈ। ਇਹ ਆਇਲ ਪੰਪ ਹੈ ਜਿਹੜਾ ਇੰਜਨ ਦਾ ਆਇਲ ਪ੍ਰੈਸ਼ਰ ਸ਼ੋਅ ਕਰਦਾ ਹੈ, ਜਿਹੜਾ ਆਇਲ ਦਾ ਲੈਵਲ ਪ੍ਰੈਸ਼ਰ ਸ਼ੋਅ ਕਰਦਾ ਕਿ ਆਇਲ ਦਾ ਪ੍ਰੈਸ਼ਰ ਕਿੰਨਾ ਆ ਰਿਹਾ ਤੁਹਾਡੇ ਇੰਜਨ ਨੂੰ, ਅਸੀਂ ਇਹਨੂੰ ਫੁੱਲ ਟਾਈਟ ਕਰ ਦਿੱਤਾ ਹੈ। ਆਹ ਦੇਖੋ ਜੀ, ਇਹਨੂੰ ਪ੍ਰੋਪਰ ਟਾਈਟ ਕਰ ਲੈਣਾ ਹੈ। ਪ੍ਰੋਪਰ ਟਾਈਟ ਕਰਨ ਤੋਂ ਬਾਅਦ ਤੁਸੀਂ ਅਗਲਾ ਜਿਹੜਾ ਨੈਕਸਟ ਸਟੈਪ ਉਹ ਕਰਨਾ ਹੈ, ਅਸੀਂ ਇਹਨੂੰ ਆਇਲ ਪੰਪ ਨੂੰ ਟਾਈਟ ਕਰੂੰਗੇ। ਆਹ ਦੇਖੋ ਜੀ, ਇੰਜਨ ਨੂੰ ਰੋਟੇਟ ਕਰ ਰਹੇ ਹਾਂ, ਹਰ ਪਾਰਟ ਲਾਉਣ ਤੋਂ ਬਾਅਦ ਇੰਜਨ ਰੋਟੇਟ ਕਰ ਲੈਣਾ ਹੈ। ਅਗਰ ਕਿਸੇ ਜਗ੍ਹਾ 'ਤੇ ਵੀ ਜਾ ਕੇ ਤੁਹਾਡਾ ਇੰਜਨ ਟਾਈਟ ਹੁੰਦਾ ਹੈ, ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੜਾ ਪਾਰਟ ਲਾਇਆ, ਇੰਜਨ 'ਚ ਮਸਲਾ ਆਇਆ ਹੈ। ਇਹਨੂੰ ਰੀਚੈੱਕ ਕਰਦੇ ਰਹੋ ਨਾਲ ਨਾਲ, ਕਿਉਂਕਿ ਅਸੀਂ ਆਇਲ ਪੰਪ ਫਿੱਟ ਕੀਤਾ ਹੈ, ਉਸ ਤੋਂ ਬਾਅਦ ਅਸੀਂ ਇੰਜਨ ਨੂੰ ਰੋਟੇਟ ਕਰਕੇ ਦੇਖਿਆ ਹੈ, ਸਾਡਾ ਇੰਜਨ ਬਿਲਕੁਲ ਸਹੀ ਹੈ, ਰੋਟੇਟ ਹੋ ਰਿਹਾ ਨਾਰਮਲ ਹੱਥ ਦੇ ਨਾਲ।
ਇੰਜਨ ਟਾਇਟ ਨਹੀਂ, ਬਾਅਦ ਦਫਾ ਆਇਲ ਪੰਪ ਜਾਂ ਕੋਈ ਹੋਰ ਪਾਰਟ ਐਸਾ ਹੁੰਦਾ ਜਿਹੜਾ ਲਾਉਂਦੇ ਨੇ ਤਾਂ ਇੰਜਨ ਟਾਇਟ ਹੋ ਜਾਂਦਾ ਹੈ, ਇੰਜਨ ਰੋਟੇਟ ਨਹੀਂ ਹੁੰਦਾ। ਹੁਣ ਅਸੀਂ ਇਹਦਾ ਉੱਪਰ ਸੰਪ ਲਾਉਂਗੇ ਜਿਹਨੂੰ ਪਾਕਿਸਤਾਨ ਆਪਣਾ ਚੈਂਬਰ ਕਹਿੰਦੇ ਨੇ, ਔਰ ਜੈਲ ਲਾ ਦਿੱਤਾ ਹੈ, ਅੱਜ ਸੰਪ ਚੈਂਬਰ ਹੈ। ਆਹ ਦੇਖੋ ਜੀ ਉੱਪਰ ਜੈਲ ਲਗਾ ਦਿੱਤਾ ਹੈ, ਲਾਉਣ ਤੋਂ ਬਾਅਦ ਅਸੀਂ ਇਹਦਾ ਸੰਪ ਲਾ ਦੂੰਗੇ। ਆਹ ਜੀ ਇਹਦਾ ਸੰਪ ਲੱਗ ਗਿਆ ਹੈ, ਔਰ ਇਹਦੇ ਅਸੀਂ ਉੱਪਰ ਪ੍ਰੋਪਰ ਬੋਲਟ ਲਾ ਦੂੰਗੇ। ਆਹ ਦੇਖੋ ਜੀ ਆਏ ਬੋਲਟ ਨੇ ਅਸੀਂ ਲਾ ਰਹੇ ਨੇ, ਇਹ ਸੰਭ ਦੇ ਬੋਲਟ ਲੱਗ ਜਾ ਰਹੇ ਨੇ ਸਾਰੇ। ਇਹ ਪ੍ਰੋਪਰ ਅਸੀਂ ਹੁਣ ਬੋਲਟ ਲਾ ਕੇ ਸਾਰੇ ਇਹਨਾਂ ਨੂੰ ਟਾਈਟ ਵੀ ਕਰੂੰਗੇ। ਆਹ ਦੇਖੋ ਜੀ ਇਹ ਬੋਲਟ ਜਿਹੜੇ ਨੇ ਇਹ ਟਾਈਟ ਕਰ ਦਿੱਤੇ ਜਾ ਰਹੇ ਨੇ ਹੁਣ, ਕਿਉਂਕਿ ਬੈਕ ਸਾਈਡ 'ਤੇ ਜਿਹੜਾ ਵਰਕਸ਼ਾਪ ਦਾ ਸਾਊਂਡ ਹੈ ਉਹ ਅਸੀਂ ਮਿਊਟ ਕਰ ਦਿੰਦੇ ਹਾਂ ਕਿ ਸਾਊਂਡ, ਕਿਉਂਕਿ ਉਹ ਵਰਕਸ਼ਾਪ ਦਾ ਜਿਹੜਾ ਸਾਊਂਡ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ, ਜਿਹਦੇ ਵਿੱਚ ਤੁਹਾਨੂੰ ਦੋਸਤਾਂ ਨੂੰ ਕੁਛ ਨੂੰ ਆਵਾਜ਼ ਦੀ ਪਰੇਸ਼ਾਨੀ ਹੁੰਦੀ ਹੈ। ਫਿਰ ਆੜੀਆ ਸੀਲ ਨੇ, ਆਹ ਦੇਖੋ ਜੀ ਜਿੱਥੇ ਅਸੀਂ ਉਂਗਲੀ ਦਾ ਇਸ਼ਾਰਾ ਦਿੱਤਾ ਉੱਥੋਂ ਇਹਨੂੰ ਤੋੜਨਾ ਹੈ ਤਾਂ ਕਿ ਉਹ ਜਿਹੜੀ ਪਿੰਨ ਨੇ ਉਹ ਬਾਹਰ ਨਿਕਲ ਜਾਵੇ ਔਰ ਤੁਹਾਡੀ ਸੀਲ ਬਿਲਕੁਲ ਆਸਾਨੀ ਨਾਲ ਲੱਗ ਜਾਵੇ। ਆਹ ਦੇਖੋ ਜੀ ਇਹਨੂੰ ਪੇਚਕਸ ਦੀ ਮਦਦ ਨਾਲ ਅਸੀਂ ਤੋੜ ਦਿੱਤਾ ਉੱਥੋਂ ਤਾਂ ਕਿ ਰੀਅਰ ਸੀਲ ਪਵੇ ਅਤੇ ਕੋਈ ਮਸਲਾ ਨਹੀਂ ਹੋਊਗਾ, ਪ੍ਰੋਬਲਮ ਨਹੀਂ ਕਰੂਗੀ ਔਰ ਰੀਅਰ ਸੀਲ ਲਗਾਉਣ ਲਈ ਆਸਾਨੀ ਰਹੂਗੀ। ਆਹ ਦੇਖੋ ਜੀ ਅਸੀਂ ਉੱਥੇ ਸੁਰਾਖ ਕੱਟਤਾ ਹੈ, ਔਰ ਆਹ ਦੇਖ ਲਓ ਆਹ ਜਗ੍ਹਾ ਸੀ, ਔਰ ਆਹ ਤੁਹਾਨੂੰ ਹੁਣ ਦਿਖਾਉਂਗੇ ਸੁਰਾਖ ਵਾਲੀ ਵੀ, ਤਾਂ ਕਿ ਪਿੰਨ ਦੇ ਉੱਪਰ ਸੁਰਾਖ ਹੋ ਗਿਆ। ਆਹ ਦੇਖੋ ਜੀ ਆਹ ਸੁਰਾਖ ਨੇ, ਇਹਨੂੰ ਇੱਦਾਂ ਲਗਾ ਕੇ ਉੱਪਰ ਇਹ ਆਹ ਦੇਖੋ ਇਹਨੂੰ ਅਸੀਂ ਉੱਪਰ ਲਗਾ ਰਹੇ ਹਾਂ, ਲੱਗ ਗਿਆ ਹੈ, ਬਹਿ ਗਿਆ ਹੈ ਜਿਹੜਾ ਹੈ, ਆਹ ਬਹਿ ਗਈ ਬਿਲਕੁਲ ਸੀਲ। ਆਹ ਤੁਹਾਨੂੰ ਅਸੀਂ ਇਹਦਾ ਡੈਮੋ ਦਿਖਾ ਦਿੱਤਾ ਹੈ, ਕਿਉਂਕਿ ਇਹਨੂੰ ਅਸੀਂ ਹੁਣ ਉਤਾਰੂਂਗੇ। ਉਤਾਰ ਕੇ ਆਹ ਦੇਖੋ ਕਰੈਂਕ ਦੇ ਉੱਪਰ ਡੋਰਾ ਬਣ ਗਿਆ ਹੈ, ਆਹ ਕਰੈਂਕ ਉੱਪਰ ਡੋਰਾ ਹੈ। ਇਸ ਸੀਲ ਨੂੰ ਅਸੀਂ ਪਿੱਛੇ ਕਰੂੰਗੇ, ਇਹਦੇ ਵਿੱਚ ਸਪਰਿੰਗ ਨਹੀਂ ਹੁੰਦਾ ਤਾਂ ਕਿ ਲੀਕੇਜ ਰੁਕ ਜਾਵੇ, ਇਹ 'ਚ ਅਸੀਂ ਇੱਕ ਐਕਸਟਰਾ ਜੈਨ ਦਊਂਗੇ। ਇਹ ਐਕਸਟਰਾ ਜੈਨ ਹੀ ਇਹ ਆਪ ਤਿਆਰ ਕਰਨਾ ਪੈਂਦਾ ਹੈ, ਓਰੀਜਨਲ ਜੈਨ ਨਹੀਂ ਨਾਲ ਆਉਂਦਾ। ਇਸ ਜੈਨ ਨੂੰ ਰੱਖੂੰਗੇ ਅਤੇ ਰੀਅਰ ਸੀਲ ਦੀ ਜਿਹੜੀ ਜਗ੍ਹਾ ਹੈ ਉਹ ਚੇਂਜ ਹੋ ਜੂਗੀ। ਆਹ ਦੇਖੋ ਜੀ ਹੁਣ ਅਸੀਂ ਉੱਪਰ ਸਿਲੀਕੋਨ ਲਗਾ ਲੂੰਗੇ, ਸਿਲੀਕੋਨ ਲਗਾ ਕੇ ਫੇਰ ਸੀਲ ਲਾਈ ਜਾਊਗੀ। ਆਹ ਜੀ ਸਿਲੀਕੋਨ ਲਗਾਈ ਜਾ ਰਹੀ ਹੈ, ਰੀਅਰ ਸੀਲ 'ਤੇ ਵੀ ਸਿਲੀਕੋਨ ਲੱਗ ਗਈ ਹੈ ਔਰ ਜੈਨ ਦੀ ਇੱਕ ਸਾਈਡ 'ਤੇ ਵੀ ਸਿਲੀਕੋਨ ਲੱਗ ਗਈ ਹੈ। ਆਹ ਦੇਖੋ ਜੀ ਅਸੀਂ ਜੈਨ ਸ਼ੀਟ ਲਾ ਦਿੱਤੀ ਹੈ, ਜੈਨ ਨਾਲ ਲਾ ਦਿੱਤਾ ਹੈ, ਇਹ ਜੈਨ ਸ਼ੀਟ 'ਚੋਂ ਆਪ ਤਿਆਰ ਕੀਤਾ ਸੀ। ਹੁਣ ਅਸੀਂ ਸਿਲੀਕੋਨ ਲਗਾਉਣ ਤੋਂ ਬਾਅਦ ਇਹਨੂੰ ਸੀਲ ਨੂੰ ਫਿਕਸ ਕਰ ਦੂੰਗੇ, ਸੀਲ ਇੰਸਟਾਲ ਕਰ ਦੂੰਗੇ। ਆਹ ਦੇਖੋ ਜੀ ਹੱਥ ਦੀ ਮਦਦ ਨਾਲ ਪ੍ਰੈਸ ਕਰਨਾ ਹੈ, ਪ੍ਰੈਸ ਕਰੂੰਗੇ ਤਾਂ ਤੁਹਾਡੀ ਸੀਲ ਬਿਲਕੁਲ ਆਰਾਮ ਨਾਲ ਬਹਿ ਜੂਗੀ। ਆਹ ਜਿਹੜੀ ਕਨਾਰੀ ਹੈ ਇਹ ਕਰੰਕ ਦੇ ਡਾਇਫਰਾਮ ਉੱਪਰ ਚੜ ਜਾਂਦੀ ਹੈ, ਜਿਹੜਾ ਕਰਕੇ ਸੀਲ ਬਿਲਕੁਲ ਸਹੀ ਆਸਾਨੀ ਨਾਲ ਲੱਗ ਜਾਂਦੀ ਹੈ। ਆਹ ਦੇਖੋ ਜੀ ਹੁਣ ਅਸੀਂ ਇਹਦੇ ਬੋਲਟ ਲਾਉਂਗੇ। ਆਹ ਦੇਖੋ ਜੀ ਅਸੀਂ ਹੁਣ ਇਹਨੂੰ ਸੀਲ ਦੇ ਉੱਥੇ ਬੋਲਟ ਲਗਾ ਦਿੱਤੇ ਨੇ। ਦਿੱਤੇ ਨੇ ਇਹਨੂੰ ਅਸੀਂ ਐਚ ਡੀ ਮਦਦ ਨਾਲ ਟਾਈਟ ਕਰ ਦੂੰਗੇ ਸੀਲ ਨੂੰ।
ਤਾਂ ਕਿ ਸਰੀਰ ਆਪਣੀ ਜਗ੍ਹਾ 'ਤੇ ਅੱਛੀ ਤਰ੍ਹਾਂ ਬਹਿ ਜਾਵੇ। ਆਹ ਦੇਖੋ ਜੀ, ਮੋਢਿਆਂ ਨੂੰ ਅਸੀਂ ਬੈਂਡ ਕਰਤਾ ਹੈ ਤਾਂ ਕਿ ਸਰੀਰ ਜਿਹੜੀ ਹੈ ਆਪਣੀ ਜਗ੍ਹਾ 'ਤੇ ਅੱਛੇ ਤਰੀਕੇ ਨਾਲ ਬਹਿ ਜਾਵੇ। ਇਹ ਸਾਰੇ ਬੋਲਟ ਪ੍ਰੋਪਰ ਟਾਈਟ ਕਰਨੇ ਨੇ, ਇੱਕ ਉੱਧਰੋਂ ਆਹਮਣੇ ਸਾਹਮਣੇ ਬੋਲਟ ਟਾਈਟ ਕਰਨੇ ਨੇ, ਆਹਮਣੇ ਸਾਹਮਣੇ ਬੋਲਟ ਟਾਈਟ ਕਰਨੇ ਨੇ ਜੀ। ਆਹ ਹੁਣ ਅਸੀਂ ਹਾਊਸਿੰਗ ਲਾਉਂਗੇ। ਇਹ ਆਹ ਕੀ ਹਾਊਸਿੰਗ ਨੇ, ਆਹ ਹਾਊਸਿੰਗ ਲੱਗ ਗਿਆ ਹੈ। ਆਹ ਦੋ ਕਾਟਰ ਨੇ ਜਿਹਦੇ ਵਿੱਚ ਜਾ ਕੇ ਹਾਊਸਿੰਗ ਬਹਿ ਜਾਂਦਾ ਹੈ। ਆਹ ਦੋ ਪਿੰਨਾਂ ਨੇ, ਪਿੰਨ ਨੇ ਅਸੀਂ ਹੁਣ ਇਹਦੇ ਵਿੱਚ ਸਕਰੂ ਲਾ ਦੂੰਗੇ। ਇਹ ਜਿਹੜੇ ਬੋਲਟ ਨੇ ਉਹ ਲਾ ਦੂੰਗੇ, ਬੋਲਟ ਲਗਾ ਕੇ ਔਰ ਇਹਨੂੰ ਅੱਛੇ ਤਰੀਕੇ ਨਾਲ ਟਾਈਟ ਕਰ ਦੂੰਗੇ। ਆ ਜੀ, ਅਸੀਂ ਬੋਲਟ ਲਗਾ ਦਿੱਤੇ ਨੇ ਇਹਨੇ ਬੋਲਟ, 6 ਬੋਲਟ ਅੰਦਰ ਵਾਲੀ ਸਾਈਡ 'ਤੇ ਨੇ, 2 ਬੋਲਟ ਬਾਹਰ ਵਾਲੀ ਸਾਈਡ 'ਤੇ ਨੇ। ਟੋਟਲ 8 ਬੋਲਟ ਲੱਗਦੇ ਨੇ ਫਰਾਈ ਇਹਨੂੰ ਹਾਊਸਿੰਗ ਨੂੰ, ਫਰਾਈ ਵੀਲ ਦੇ ਨੂੰ। ਆ ਦੇਖੋ ਜੀ, ਅਸੀਂ ਹੁਣ ਬੋਲਟ ਟਾਈਟ ਕਰ ਰਹੇ ਹਾਂ ਪ੍ਰੋਪਰ, ਇਹਨਾਂ ਨੂੰ ਟਾਈਟ ਕਰ ਦੇਣਾ ਅੱਛੇ ਤਰੀਕੇ ਨਾਲ। ਇਹ ਬੋਲਟ ਟਾਈਟ ਕਰ ਦਿੱਤੇ ਗਏ ਨੇ। ਆ ਦੇਖੋ ਜੀ, ਆ ਇੰਜਨ ਦਾ ਰਿਵਿਊ ਦੇਖੋ, ਇਹ ਟਾਈਟ ਹੋ ਗਏ ਨੇ ਬੋਲਟ ਸਾਡਾ, ਇੱਥੇ ਤੱਕ ਇੰਜਨ ਕੰਪਲੀਟ ਹੋ ਗਿਆ। ਹੁਣ ਅਸੀਂ ਇਹਦੀ ਫਰੰਟ ਸਾਈਡ 'ਤੇ ਟਾਈਮਿੰਗ ਪਲੇਟ ਲਗਾਉਂਗੇ। ਆ ਦੇਖੋ ਜੀ, ਆਹ ਟਾਈਮਿੰਗ ਪਲੇਟ ਆ ਗਈ ਹੈ ਜਿਸ ਦੇ ਵਿੱਚ ਗੇਅਰ ਪੰਪ ਲੱਗੂਗੇ। ਆਹ ਬੈਕ ਸਾਈਡ 'ਤੇ ਤੁਸੀਂ ਇਹਦੀ ਚੈਨ ਲਾਉਣਾ ਹੈ, ਇਹ ਜਿਹੜਾ ਬਲਾਕ ਨੂੰ ਪਾਣੀ ਦਿੰਦਾ ਹੈ ਵਾਟਰ ਪੰਪ, ਇਹ ਉਹਦਾ ਨੇ, ਇਹਨੂੰ ਅਸੀਂ ਇੱਥੇ ਬੈਕ ਸਾਈਡ 'ਤੇ ਲਗਾ ਦੂੰਗੇ। ਆਹ ਦੇਖੋ ਜੀ, ਬੈਕ ਸਾਈਡ 'ਤੇ ਲਗਾ ਦਿੱਤਾ ਹੈ। ਲਗਾਉਣ ਤੋਂ ਬਾਅਦ ਅਸੀਂ ਇਹਨੂੰ ਅੱਗੇ ਬਲਾਕ ਦੇ ਉੱਪਰ ਦੂਸਰਾ ਜੈਨ ਲਗਾਉਂਗੇ ਜਿਹੜਾ ਇਸ ਪਲੇਟ ਦੇ ਬੈਕ ਸਾਈਡ 'ਤੇ ਨੇ। ਆ ਜੈਨ ਨੇ ਆ ਬੈਕ ਸਾਈਡ ਦਾ, ਆ ਲਾਗ ਨੇ ਇਹਦੇ ਵਿੱਚ ਜਿਸ ਜਿੰਨਾ ਬਲਾਕ 'ਚ ਬਹਿ ਜਾਂਦਾ ਹੈ। ਆ ਦੇਖੋ ਜੀ, ਅਸੀਂ ਇਸ ਜੈਨ ਨੂੰ ਵੀ ਲਗਾ ਦਿੱਤਾ ਹੈ। ਆ ਹੁਣ ਟਾਈਮਿੰਗ ਪਲੇਟ ਨੇ, ਟਾਈਮਿੰਗ ਕਵਰ ਨੇ ਜਿਸ ਦੇ ਵਿੱਚ ਗੇਅਰ ਪਊਗੇ ਔਰ ਪੰਪ ਫਿਕਸ ਹੁੰਦਾ ਹੈ। ਆ ਦੇਖੋ ਜੀ, ਅਸੀਂ ਇਹਨੂੰ ਵੀ ਉੱਪਰ ਰੱਖ ਕੇ ਲਗਾ ਦਿੱਤਾ ਹੈ। ਆ ਦੇਖੋ, ਹੁਣ ਅਸੀਂ ਇਹਦੇ ਬੋਲਟ ਲਾ ਲਉਂਗੇ। ਅੱਠ ਬੋਲਟ ਨੇ ਇਹ। ਆ ਦੇਖੋ ਜੀ, ਅਸੀਂ ਬੋਲਟ ਲਗਾ ਦਿੱਤੇ ਨੇ ਕਿਉਂਕਿ ਅਸੀਂ ਵੀਡੀਓ ਸਕਿੱਪ ਕਰਕੇ ਬਣਾ ਰਹੇ ਹਾਂ ਤਾਂ ਕਿ ਵੀਡੀਓ ਲੈਂਥੀ ਨਾ ਹੋਵੇ। ਆ ਬੋਲਟ 8 ਦੇ 8 ਲੱਗ ਜਾਊਗੇ ਔਰ ਸ਼ੋ ਤੁਹਾਨੂੰ ਕਰ ਰਹੇ ਕਿ ਕਿੱਥੇ ਕਿੱਥੇ ਦੇ ਕਿਹੜੇ ਬੋਲਟ ਨੇ। ਆ ਦੇਖੋ ਜੀ, ਇਹ ਬੋਲਟ ਲਗਾ ਦਿੱਤੇ ਗਏ ਨੇ, 8 ਬੋਲਟ ਨੇ, 4 ਬੋਲਟ ਜਿਹੜੇ ਨੇ ਉੱਧਰ ਕੇਮ ਸ਼ਾਫਟ ਵਾਲੇ, 4 ਬੋਲਟ ਸੈਂਟਰ ਗੇਅਰ 'ਚ ਨੇ। ਆ ਜੀ, ਅਸੀਂ ਇਹਨੂੰ ਡਰੇਲ ਦੀ ਮਦਦ ਦੇ ਨਾਲ ਟਾਈਟ ਕਰ ਰਹੇ ਹਾਂ ਔਰ ਬਾਅਦ 'ਚੋਂ ਰੈਚਟ ਦੇ ਨਾਲ ਇਹਨੂੰ ਪ੍ਰੋਪਰ ਟਾਈਟ ਕਰ ਲੈਣਾ ਹੈ ਤਾਂ ਕਿ ਬਿਲਕੁਲ ਜਿਹੜੀ ਵੀਡੀਓ ਉਹ ਤੁਹਾਡਾ ਬਿਲਕੁਲ ਸਹੀ ਟਾਈਟ ਹੋ ਜਾਵੇ।
ਕਿਉਂਕਿ ਅਸੀਂ ਵੀਡੀਓ ਦਾ ਕਰਕੇ ਇਹਨਾਂ ਨੂੰ ਡਰਿੱਲ ਦੀ ਮਦਦ ਨਾਲ ਟਾਈਟ ਕਰ ਲਿਆ, ਬਾਅਦ ਚੋਂ ਰੈਚਟ ਦੀ ਮਦਦ ਨਾਲ ਟਾਈਟ ਕਰ ਲੈਣਾ ਬੋਲਟਾਂ ਨੂੰ ਅੱਛੇ ਤਰੀਕੇ ਨਾਲ। ਆ ਚਾਰ ਬੋਲਟ ਬੈਕ ਸਾਈਡ ਦੇ ਨੇ ਜਿਹੜੇ ਟਾਈਮਿੰਗ ਬਲੇਡ ਨੂੰ ਲੱਗੂਗੇ। ਆ ਦੇਖੋ ਜੀ, ਚਾਰ ਅੰਦਰ ਵਾਲੀ ਸਾਈਡ ਤੋਂ, ਚਾਰ ਬਾਹਰ ਵਾਲੀ ਸਾਈਡ ਤੋਂ, ਸੰਪ ਵਾਲੀ ਸਾਈਡ ਤੋਂ ਥੱਲੇ ਲੱਗੂਗੇ, ਚੈਂਬਰ ਵਾਲੀ ਸਾਈਡ ਤੋਂ, ਇਹਨਾਂ ਨੂੰ ਵੀ ਟਾਈਟ ਕਰ ਲੈਣਾ ਹੈ। ਆ ਦੇਖੋ ਜੀ, ਅਸੀਂ ਇਹਨਾਂ ਨੂੰ ਵੀ ਟਾਈਟ ਕਰ ਦਿੱਤਾ ਹੈ ਚਾਰਾਂ ਬੋਲਟਾਂ ਨੂੰ। ਇਹ ਆ ਚਾਰ ਬੋਲਟ ਇਹ ਵੀ ਟਾਈਟ ਹੋ ਗਏ ਨੇ। ਹੁਣ ਅਗਲੇ ਚਾਰ ਬੋਲਟ ਲਗਾਉਂਗੇ, ਇਹਨੂੰ ਟੋਟਲ 12 ਬੋਲਟ ਲੱਗਦੇ ਨੇ। ਆ ਚਾਰ ਬੋਲਟ ਸਾਹਮਣੇ ਫਰੰਟ ਪੁਲਿੰਗ ਬੈਕ ਸਾਈਡ 'ਤੇ, ਦੋ ਸਾਈਡ 'ਤੇ, ਦੋ ਸਾਈਡ 'ਤੇ। ਆ ਸਾਡੀ ਜਿਹੜੀ ਗੇਅਰ ਪਲੇਟ ਟਾਈਮਿੰਗ ਪਲੇਟ ਨੇ ਇਹ ਉਹ ਲੱਗ ਗਈ ਨੇ, ਉਹਨੂੰ ਟੋਟਲ 12 ਬੋਲਟ ਲੱਗਦੇ ਨੇ। 12 4 16 ਹੋ ਗਏ ਨੇ, ਅੰਦਰ 8, 4 ਬਾਰ 12, 4 ਬੈਕ ਸਾਈਡ ਤੋਂ ਥੱਲੇ ਉਹਦੀ 16 ਬੋਲਟ ਲੱਗ ਕੇ ਸਾਡੀ ਪਲੇਟ ਜਿਹੜੀ ਬਿਲਕੁਲ ਓਕੇ ਹੋ ਗਈ ਨੇ। ਹੁਣ ਅਸੀਂ ਆ ਗੇਅਰ ਜਿਹੜੇ ਨੇ ਇਹਨਾਂ ਨੂੰ ਲਾਉਂਗੇ, ਔਰ ਇਹਨਾਂ ਉੱਪਰ ਅਸੀਂ ਨਿਸ਼ਾਨ ਲਗਾ ਦਿੱਤੇ ਨੇ ਤਾਂ ਕਿ ਵੀਡੀਓ 'ਚ ਵਾਧਿਆ ਹੋ ਜਾਣ। ਇਹਦੇ ਵਿੱਚ ਕਾਟਰ ਨੇ, ਉਹ ਦੇਖੋ ਜੀ, ਉਸ ਕਾਟਰ ਦੇ ਉੱਪਰ ਇਸਨੂੰ ਅਸੀਂ ਗੇਅਰ ਨੂੰ ਬਿਠਾ ਦੂੰਗੇ, ਬਿਲਕੁਲ ਉਹਦੇ ਅੰਦਰ ਬਹਿ ਜੂਗਾ। ਤਾਂ ਇਹ ਕੇਮ ਸ਼ਾਵਰ ਦਾ ਗੇਅਰ ਨੇ, ਇਹ ਕੇਮ ਸ਼ਾਫਟ ਨੇ। ਆਹ ਦੇਖੋ ਜੀ, ਇਹ ਕੇਮ ਸ਼ਾਵਰ ਦਾ ਗੇਅਰ ਲੱਗ ਗਿਆ ਨੇ। ਆਹ ਉੱਪਰ ਇਹਦੇ ਵਾਸ਼ਰ ਆਊਗੀ, ਔਰ ਇਹ ਉੱਪਰ ਇਹਦੇ ਅੰਦਰ ਜਿਹੜਾ ਬੋਲਟ ਹੈ ਉਹ ਲੱਗੂਗਾ। ਇਹਨੂੰ ਅਸੀਂ ਲਗਾ ਦਿੱਤਾ ਹੈ। ਆਹ ਸਾਡਾ ਸੈਂਟਰ ਵਾਲਾ ਗੇਅਰ ਨੇ, ਜਿਹੜਾ ਸਾਡੇ ਪੰਪ ਨੂੰ, ਸਾਡੇ ਕੇਮ ਸ਼ਾਫਟ ਨੂੰ ਇਹ ਰੋਟੇਟ ਕਰਦਾ ਹੈ। ਇੱਕ ਰੈਂਕ ਨਾਲ ਲਿੰਕ ਹੁੰਦਾ ਹੈ, ਔਰ ਇਹ ਅੱਗੇ ਦੋਵਾਂ ਗੇਅਰਾਂ ਨੂੰ ਇਹ ਆਪਸ 'ਚ ਲਿੰਕ ਕਰਦਾ ਹੈ। ਇਹਨੇ ਕੇਮ ਸ਼ਾਫਟ ਨੂੰ ਲਿੰਕ ਕਰਨਾ ਹੈ, ਔਰ ਤੁਹਾਡਾ ਫਿਊਲ ਪੰਪ ਨੂੰ ਇਹਨੇ ਆਪਣੇ ਆਪ ਨਾਲ ਲਿੰਕ ਕਰਨਾ ਹੈ। ਇਹਨਾਂ ਉੱਪਰ ਆ ਦੇਖੋ ਨਿਸ਼ਾਨ ਲਗਾ ਦਿੱਤੇ ਨੇ, ਆਹ ਨਿਸ਼ਾਨ ਨੇ ਇਹਦਾ ਟਾਈਮਿੰਗ ਦਾ, ਇੱਧਰੋਂ ਆਹ ਨਿਸ਼ਾਨ ਨੇ, ਉੱਧਰ ਕੇਮ ਵੱਲ ਉਹ ਨਿਸ਼ਾਨ, ਉੱਧਰ ਅੰਦਰ ਪੰਪ ਇਹਦੇ ਉੱਤੇ ਕੇਮ ਸ਼ਾਫਟ 'ਤੇ। ਆਹ ਦੇਖੋ ਕੇਮ ਸ਼ਾਫਟ 'ਤੇ ਵੀ ਨਿਸ਼ਾਨ ਲਗਾਇਆ ਹੈ ਤਾਂ ਕਿ ਟਾਈਮਿੰਗ ਇਹਦਾ ਸਿੱਧਾ ਹੋ ਜਾਵੇ। ਆਹ ਨਿਸ਼ਾਨ ਦੋ ਨੇ, ਇਹ ਪੰਪ ਦੇ ਨੇ, ਫਿਊਲ ਪੰਪ। ਆਹ ਦੇਖੋ ਜੀ, ਇਹਨੂੰ ਹੁਣ ਅਸੀਂ ਬਿਠਾ ਰਹੇ ਹਾਂ ਕਿਉਂਕਿ ਦੰਦਾ ਇੱਕ ਅੱਗੇ ਅੱਗੇ ਪਿੱਛੇ ਹੋ ਜਾਵੇ, ਅਤੇ ਇਹਨੂੰ ਤੁਸੀਂ ਦੁਬਾਰਾ ਕੱਢ ਕੇ ਰਿਮੂਵ ਕਰਕੇ ਦੁਬਾਰਾ ਇੰਸਟਾਲ ਕਰਨਾ ਹੈ ਕਿ ਤਾਂ ਕਿ ਟਾਈਮਿੰਗ ਜਿਹੜਾ ਹੈ ਤੁਹਾਡਾ ਬਿਲਕੁਲ ਸਿੱਧਾ ਔਰ ਕਲੀਅਰ ਹੋਵੇ। ਆਹ ਦੇਖੋ, ਇਹਦੇ ਉੱਪਰ ਵਾਈਟ ਚੀਜ਼ ਦੇ ਨਾਲ ਜਾਂ ਸਿਲੀਕੋਨ ਜਾਂ ਵਾਈਟ ਕੋਈ ਵੀ ਮਾਰਕਲ ਦੇ ਨਾਲ ਨਿਸ਼ਾਨ ਲਗਾ ਲੈਣਾ ਹੈ ਤਾਂ ਕਿ ਤੁਹਾਡੀ ਟਾਈਮਿੰਗ ਪਲੇਟ ਜਿਹੜੀ ਹੈ ਟਾਈਮਿੰਗ ਹੈ ਤੁਹਾਨੂੰ ਪਤਾ ਲੱਗ ਜਾਵੇ, ਵਾਧਿਆ ਰਹੇ। ਆਹ ਦੇਖੋ ਜੀ, ਅੰਦਰ ਉਹ ਵਾਈਟ ਲਗਾਇਆ ਸੀ, ਉਹ ਵਾਈਟ ਨਜ਼ਰ ਆ ਰਿਹਾ, ਬਿਲਕੁਲ ਸੈਂਟਰ 'ਚ ਨੇ ਕ੍ਰੈਂਕ ਸ਼ਾਫਟ ਦੇ। ਉਹ ਦੇਖੋ ਜੀ, ਬਿਲਕੁਲ ਓਕੇ ਨੇ ਜੀ ਇੱਧਰੋਂ ਟਾਈਮਿੰਗ। ਇਹ ਇੱਧਰੋਂ ਹੁਣ ਕੇਮ ਸ਼ਾਫਟ ਵੱਲ ਵੀ ਦੇਖੋ, ਬਿਲਕੁਲ ਓਕੇ ਸੈਂਟਰ 'ਚ ਨੇ, ਔਰ ਇੱਧਰੋਂ ਆ ਪੰਪ ਵੱਲ, ਫਿਊਲ ਪੰਪ ਵੱਲ। ਆਹ ਜਿਹੜਾ ਸੁਰਾਖ ਹੈ ਥੱਲੇ ਸੁਰਾਖ ਤੁਸੀਂ ਦੇਖਿਆ ਹੋਣਾ, ਸੈਂਟਰ 'ਚ ਕਰਕੇ ਲਾਉਣਾ ਹੈ ਤਾਂ ਕਿ ਜਿਹੜਾ ਇਹਨੂੰ ਆਇਲ ਹੈ ਉਹ ਅੱਛੇ ਤਰੀਕੇ ਨਾਲ ਆ ਸਕੇ।
ਹਾਂ ਉੱਪਰ ਅਸੀਂ ਇਹਦਾ ਕਵਰ ਲਗਾ ਰਹੇ ਹਾਂ, ਔਰ ਇਹਦੇ 3 ਬੋਲਟ ਨੇ, ਅਸੀਂ 3 ਬੋਲਟ ਲਗਾ ਕੇ ਇਹਨੂੰ ਅੱਛੇ ਤਰੀਕੇ ਨਾਲ ਟਾਈਟ ਕਰ ਦੂੰਗੇ। ਆਹ ਦੇਖੋ ਜੀ, ਅਸੀਂ ਇਹਨੂੰ ਲਗਾ ਕੇ ਅੱਛੇ ਤਰੀਕੇ ਨਾਲ ਟਾਈਟ ਕਰਤਾ ਹੈ। ਆਹ ਸਾਡੀ ਟਾਈਮਿੰਗ ਨੇ ਬਿਲਕੁਲ ਓਕੇ ਨੇ, ਇੱਥੋਂ ਟਾਈਮਿੰਗ ਦੇਖ ਸਕਦੇ ਹੋ, ਇੱਧਰੋਂ ਵੀ ਉੱਧਰੋਂ ਵੀ ਬਿਲਕੁਲ ਸਾਹਮਣੇ ਸਾਡੇ ਨਿਸ਼ਾਨ ਬਿਲਕੁਲ ਓਕੇ ਨੇ। ਟਾਈਮਿੰਗ ਮਾਰਕ ਬਿਲਕੁਲ ਵਾਜ਼ਿਆ ਨੇ। ਆਹ ਮੇਨ ਇੱਥੇ ਟਾਈਮਿੰਗ ਨੇ, ਆਹ ਦੇਖ ਸਕਦੇ ਤੁਸੀਂ, ਆਹ ਕੰਪਲੀਟ ਟਾਈਮਿੰਗ ਮਾਰਕ ਜਿਹੜੇ ਨੇ ਇਹਦੇ ਆਹ ਨੇ। ਇੱਥੇ ਪਾ ਕੇ ਆ ਤੁਸੀਂ ਬੁਲਟ ਦਾਤਾ ਲਾ ਕੇ ਜਾਂ ਕੋਈ ਵੀ ਚੀਜ਼ ਲਾ ਕੇ ਇਹ ਲਾਕ ਕਰ ਸਕਦੇ ਹੋ, ਇੱਥੇ ਤੁਹਾਡੀ ਟਾਈਮਿੰਗ ਲਾਕ ਹੋ ਜਾਣੀ ਹੈ। ਔਰ ਟਾਈਮਿੰਗ ਜਿਹੜੀ ਪਲੇਟ ਹੈ ਉਹਦੇ ਬੈਕ ਸਾਈਡ 'ਤੇ ਇੱਕ ਹੋਲ ਨੇ, ਉਹਦੇ ਵਿੱਚ ਤੁਸੀਂ ਟੀ ਰਾਡ ਜਾਂ ਕੋਈ ਵੀ ਚੀਜ਼ ਪਾ ਕੇ ਦੇਖੋ ਇਹਨੂੰ ਲਾਕ ਕਰ ਸਕਦੇ ਹੋ, ਔਰ ਤੁਹਾਡਾ ਇੰਜਨ ਟਾਪ 'ਤੇ ਹੋ ਜੂਗਾ। ਆਹ ਬਿਲਕੁਲ ਇੰਜਨ ਇਸ ਟਾਈਮ ਟਾਪ 'ਤੇ ਨੇ, ਔਰ ਇਹਦੇ ਆਹ ਟਾਈਮਿੰਗ ਮਾਰਕ ਨੇ, ਆਹ ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਤੁਹਾਨੂੰ ਪਿਸਟਨ ਵੀ ਦਿਖਾਉਂਗੇ, ਬਿਲਕੁਲ ਉੱਪਰੋਂ ਟਾਪ 'ਤੇ ਨੇ, ਆਹ ਦੇਖੋ ਬਿਲਕੁਲ ਪਿਸਟਨ ਟਾਪ 'ਤੇ ਨੇ, 1 ਨੰਬਰ 'ਤੇ ਨੇ, ਆਹ ਬਿਲਕੁਲ 1 ਨੰਬਰ ਪਿਸਟਨ ਨੇ। ਔਰ ਆਹ ਇਹਦੇ ਟਾਈਮਿੰਗ ਮਾਰਕ ਨੇ ਜਿੱਥੇ ਇੰਜਨ ਦੇ ਅੱਧਾ ਟਾਪ 'ਤੇ ਹੋ ਜਾਂਦਾ ਹੈ। ਹੁਣ ਅਸੀਂ ਤੁਹਾਨੂੰ ਵਾਟਰ ਪੰਪ ਲਾਉਣ ਦਾ ਤਰੀਕਾ ਕਰ ਦੱਸੂਗੇ। ਆਹ ਵਾਟਰ ਪੰਪ ਦਾ ਜੈਨ ਨੇ, ਇਸਦੇ ਉੱਪਰ ਲਗਾ ਦੇਣਾ ਹੈ, ਔਰ ਆਹ ਦੇਖੋ ਜੀ ਵਾਟਰ ਪੰਪ ਦਾ ਜੈਨ ਲਾ ਦਿੱਤਾ ਹੈ। ਔਰ ਆਹ ਵਾਟਰ ਪੰਪ ਨੇ ਸਾਡੇ ਚੈਨਲ ਉੱਪਰ ਜਿਹੜਾ ਜਿਹੜਾ ਪੰਪ ਹੈ ਉਹਦੀ ਕੰਪਲੀਟ ਵੀਡੀਓ ਪਈ ਹੈ, ਕਿਉਂਕਿ ਵੀਡੀਓ ਲੈਂਥੀ ਹੋਣ ਦੀ ਵਜ੍ਹਾ ਤੋਂ ਅਸੀਂ ਛੋਟੀਆਂ ਸ਼ਾਰਟ ਵੀਡੀਓ ਬਣਾ ਰਹੇ ਹਾਂ ਜੀ। ਅਗਰ ਕਿਸੇ ਦੋਸਤ ਨੇ ਵੀਡੀਓ ਦੂਸਰੀ ਦੇਖਣੀ ਹੋਵੇ ਤਾਂ ਉਹ ਸਾਡੇ ਚੈਨਲ ਉੱਤੇ ਵਿਜ਼ਿਟ ਕਰਕੇ ਪੰਪ ਦੀ ਟਾਈਮਿੰਗ ਦੀ ਵੀਡੀਓ ਦੇਖ ਸਕਦਾ ਹੈ ਕਿ ਪੰਪ ਦਾ ਟਾਈਮਿੰਗ ਕਿੱਦਾਂ ਕਰੀਦਾ ਹੈ। ਆਹ ਵਾਟਰ ਪੰਪ ਹੈ, ਵਾਟਰ ਪੰਪ ਦੀ ਕੋਈ ਟਾਈਮਿੰਗ ਨਹੀਂ, ਤੁਸੀਂ ਇਹਨੂੰ ਰੱਖ ਕੇ ਵਾਟਰ ਪੰਪ ਨੂੰ ਉੱਪਰ ਕਿਸੇ ਵੀ ਜਗ੍ਹਾ 'ਤੇ ਇੰਸਟਾਲ ਕਰਕੇ ਅਤੇ ਇਹਨੂੰ ਟਾਈਟ ਕਰ ਦਿਉ ਬੋਲਟ, ਬਿਲਕੁਲ ਵਾਟਰ ਪੰਪ ਤੁਹਾਡਾ ਸਹੀ ਹੋ ਜੂਗਾ। ਇਹ ਵਾਟਰ ਪੰਪ ਅਗਰ ਕੋਈ ਦੋਸਤ ਰਿਪਲੇਸ ਕਰਨਾ ਜਾਵੇ ਤਾਂ ਇੰਨਾ ਹੀ ਫਾਲਟ ਨੇ, ਸਿਰਫ ਆਹ ਬੋਲਟ ਲਾ ਕੇ ਵਾਟਰ ਪੰਪ ਚੇਂਜ ਕਰ ਸਕਦੇ ਹਾਂ। ਆਹ ਜੀ ਵਾਟਰ ਪੰਪ ਤੁਸੀਂ ਰਿਪਲੇਸ ਕਰ ਸਕਦੇ ਹੋ, ਅਗਰ ਰਿਪਲੇਸ ਕਰਨਾ ਹੋਵੇ ਆਹ ਨਿਊ ਵਾਟਰ ਪੰਪ ਇੰਸਟਾਲ ਕਰ ਸਕਦੇ ਹੋ। ਵੀਡੀਓ ਅੱਛੀ ਲੱਗੇ ਲਾਈਕ ਕਰੋ, ਸਬਸਕ੍ਰਾਈਬ ਕਰੋ।